ਮੇਰਾ ਨਾਮ ਏ ਸੀ ਅਰੁਣ ਮਾਲ ਹੈ ਜੀ। ਮੈਂ ਐਜ਼ ਏ ਪ੍ਰੋਟੋਕੋਲ ਵਾਹਗਾ ਬਾਰਡਰ ਪੁੱਛਣਾ। 12 ਤਰੀਕ ਤੋਂ ਲੈ ਕੇ 22 ਤਰੀਕ ਤੱਕ ਇੱਕ ਆਪਣੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਦੇ ਅਲੱਗ ਅਲੱਗ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਲਈ ਅੱਜ ਰਵਾਨਾ ਹੋਇਆ। ਇਹਨਾਂ ਦਾ 10 ਦਿਨ ਦਾ ਵੀਜ਼ਾ ਵਾ। ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ, ਇਸ ਤੋਂ ਇਲਾਵਾ ਖਾਲੜਾ ਮਿਸ਼ਨ, ਯੂਨਾਈਟਿਡ ਅਕਾਲੀ ਦਲ ਤੋਂ ਇਲਾਵਾ ਹੋਰ ਜਥੇ ਭਾਈ ਘਨੱਈਆ ਜੀ ਨਾਲ, ਇਹਨਾਂ ਤੋਂ ਇਲਾਵਾ ਹੋਰ ਵੀ ਕਾਫੀ ਜਥੇ ਆ ਜਿਹੜੇ ਕਿ ਅੱਜ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਆ। ਇਹ 10 ਦਿਨ ਦੇ ਵੀਜ਼ੇ ਦੇ ਦੌਰਾਨ ਇਹ ਨਨਕਾਣਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ, ਸ਼ੇਖੂਪੁਰਾ, ਹਸਨ ਅਬਦਾਲ, ਡੇਰਾ ਸਾਹਿਬ ਲਾਹੌਰ,
करतारपुर ते रूड़ी साहब के गुरुधामों के दर्शन करने तो ला बाद 22 तरीक वापस आऊंगे। डीसी साहब अमृतसर जी वालों इन्हां दे वास्ते करोना टैस्ट दा लई एक मैडिकल टीम अंदर मुहैया की गई है। इन्हां नूं मैडिकल करन तो ला बाद इन्हां दा कस्टम ते इमीग्रेशन होने तो बाद इन्हां नूं जीरो लाइन क्रॉस करा के पाकिस्तान भेजे जा रहे सी। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ ਦੇ ਦੌਰਾਨ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਵੀ ਲਗਾ ਲਈ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਨੇ ਟਵਿੱਟਰ ਖਾਤੇ ਦੇ ਰਾਹੀਂ ਦਿੱਤੀ ਹੈ। ਇਸ ਟਵੀਟ ਵਿੱਚ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਇਸ ਵਿੱਚ ਉਹਨਾਂ ਨੇ ਲਿਖਿਆ ਕਿ ਕੋਰੋਨਾ ਨੂੰ ਹਰਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਲੋਕ ਵੈਕਸੀਨ ਦੇ ਯੋਗ ਹਨ ਉਹ ਅੱਗੇ ਆਉਣ ਅਤੇ ਆਪਣੇ ਪਰਿਵਾਰ ਦੇ ਭਲੇ ਦੇ ਲਈ ਵੈਕਸੀਨ ਲਗਵਾਉਣ। ਕੋਰੋਨਾ ਨੂੰ ਹਰਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਮੈਨੂੰ ਯਕੀਨ ਹੈ ਕਿ ਅਸੀਂ ਅਜਿਹਾ ਜ਼ਰੂਰ ਕਰਾਂਗੇ। ਸ਼ਿਵਸੈਨਾ ਨੇਤਾ ਸੁਰੀਪ ਕੁਮਾਰ ਸੂਰੀ ਅਤੇ ਉਸਦੇ ਸਾਥੀ ਟਰੈਵਲ ਬੱਸ ਤੇ ਹਮਲਾ ਕਰਨ ਦਾ ਮਾਮਲਾ ਕਾਫੀ ਗੰਭੀਰ ਗਿਆ। ਭਾਵੇਂ ਇਸ ਸਬੰਧ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਸੁਰੀਪ ਸੂਰੀ ਨੇ ਮੁਲਜ਼ਮਾਂ ਨੂੰ ਇੱਕ ਭਾਜਪਾ ਨੇਤਾ ਦੇ ਵੱਲੋਂ ਹਿਫਾਜ਼ਤ ਦੇਣ ਵਰਗੇ ਗੰਭੀਰ ਦੋਸ਼ ਲਗਾਏ ਨੇ। ਇਸ ਸਬੰਧ ਵਿੱਚ ਹਿੰਦੂ ਨੇਤਾ ਸੁਰੀਪ ਕੁਮਾਰ ਸੂਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਾਰੇ ਮਾਮਲੇ ਦੀ ਨਿਰਪੱਖ ਤੌਰ ਤੇ ਗਹਿਰਾਈ ਦੇ ਨਾਲ ਜਾਂਚ ਕਰਵਾਉਣ ਦੀ ਮੰਗ ਕਰਵਾਉਣ ਨੂੰ ਲੈ ਕੇ ਇੱਕ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਲਿਖੇ ਗਏ ਪੱਤਰ ਵਿੱਚ ਸੂਰੀ ਨੇ ਕਿਹਾ ਕਿ ਇਹ ਸਾਰਾ ਮਾਮਲਾ ਇੱਕ ਯੋਜਨਾਬੱਧ ਢੰਗ ਦੇ ਨਾਲ ਕੀਤਾ ਗਿਆ ਹੈ। ਇਸ ਮਾਮਲੇ ਦੇ ਚੱਲਦਿਆਂ ਉਹਨਾਂ ਨੇ ਪੁਲਿਸ ਨੂੰ ਨਾਲ ਕਰਨਵੀਰ ਲਵਤੇਜ ਅਤੇ ਵਿਨੇ ਕੋਚ ਫੜ ਕੇ ਸੌਂਪੇ। ਉਹਨਾਂ ਅੱਗੇ ਪੁਲਿਸ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੁਲਜ਼ਮ ਵਿਨੇ ਕੋਚ ਇੱਕ ਯੋਜਨਾਬੱਧ ਤਰੀਕੇ ਦੇ ਤਹਿਤ ਪੁਲਿਸ ਦੀ ਕਸਟਡੀ ਵਿੱਚੋਂ ਭੱਜ ਗਿਆ ਅਤੇ ਉਹ ਅਜੇ ਵੀ ਖੁੱਲ੍ਹੇ ਆਮ ਘੁੰਮ ਰਿਹਾ ਹੈ। ਉਹਨਾਂ ਸਿੱਧੇ ਤੌਰ ਤੇ ਇੱਕ ਭਾਜਪਾ ਨੇਤਾ ਦੇ ਦੋਸ਼ ਲਾਇਆ ਹੈ ਕਿ ਉਹ ਨੇਤਾ ਮੁਲਜ਼ਮਾਂ ਨੂੰ ਬਚਾਉਣ ਵਿੱਚ ਲੱਗਿਆ ਹੋਇਆ ਹੈ ਅਤੇ ਮੁਲਜ਼ਮਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਰਿਹਾ ਹੈ। ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਖਤਰਾ ਇੰਨਾ ਵੱਧ ਗਿਆ ਹੈ ਕਿ ਹੁਣ ਲੋਕਾਂ ਨੇ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਇਸਲਾਮਾਬਾਦ ਏਅਰਪੋਰਟ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਭੀੜ ਦੇਖੀ ਗਈ। ਇਹ ਲੋਕ ਬ੍ਰਿਟੇਨ ਦੀ ਫਲਾਈਟ ਲੈਣ ਲਈ ਇੱਥੇ ਪਹੁੰਚੇ ਸਨ। ਦਰਅਸਲ ਬ੍ਰਿਟੇਨ ਦੇ ਇਨਫੈਕਸ਼ਨ ਤੇ ਕੰਟਰੋਲ ਦੇ ਲਈ ਕੁਝ ਦੇਸ਼ਾਂ ਦੇ ਐਂਟਰੀ ਬੈਨ ਲਾਈ, ਜਿਸ ਵਿੱਚ ਪਾਕਿਸਤਾਨੀ ਵੀ ਸ਼ਾਮਲ ਹੈ। ਇਸ ਦੀ ਡੈਡਲਾਈਨ 9 ਅਪ੍ਰੈਲ ਨੂੰ ਰੱਖੀ ਸੀ। ਬ੍ਰਿਟਿਸ਼ ਪਾਕਿਸਤਾਨੀ ਸੰਸਦ ਮੈਂਬਰ ਨੇ ਤਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਚਾਰਟਰ ਫਲਾਈਟ ਦੀ ਬੇਨਤੀ ਕੀਤੀ ਹੈ ਤਾਂ ਕਿ ਫਸੇ ਹੋਏ ਲੋਕਾਂ ਦੀ ਐਮਰਜੈਂਸੀ ਫਲਾਈਟ ਦਾ ਸੰਚਾਲਨ ਕੀਤਾ ਜਾ ਸਕੇ। ਸੁਪਰੀਮ ਕੋਰਟ ਦੇ ਕਈ ਕਰਮੀਆਂ ਦੇ ਕੋਰੋਨਾ ਵਾਇਰਸ ਦੇ ਨਾਲ ਪੀੜਿਤ ਹੋਣ ਦੇ ਕਾਰਨ ਸੁਪਰੀਮ ਕੋਰਟ ਦੀਆਂ ਬੈਂਚਾਂ ਸਵੇਰੇ ਆਪਣੇ ਤੈਅ ਸਮੇਂ ਤੋਂ 1 ਘੰਟੇ ਦੇ ਦੇਰੀ ਦੇ ਨਾਲ ਸੁਣਵਾਈ ਲਈ ਬੈਠੀਆਂ। ਸੂਤਰਾਂ ਨੇ ਸੁਪਰੀਮ ਕੋਰਟ ਦੇ 50% ਤੋਂ ਵੱਧ ਕਰਮੀ ਕੋਰੋਨਾ ਦੇ ਨਾਲ ਪੀੜਿਤ ਹਨ। ਇਸ ਕਾਰਨ ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣੇ ਘਰਾਂ ਤੋਂ ਮਾਮਲੇ ਦੀ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਉੱਤਰਾਖੰਡ ਦੀ ਤੀਰਥ ਨਗਰੀ ਹਰਿਦੁਆਰ ਵਿੱਚ ਕਰੀਬ 20 ਲੱਖ ਸ਼ਰਧਾਲੂਆਂ ਨੇ ਹਲਕੀ ਪੌੜੀ ਸਮੇਤ ਵੱਖ ਵੱਖ ਘਾਟਾਂ ਤੇ ਇਸ਼ਨਾਨ ਕੀਤਾ। ਅੱਜ ਯਾਨੀ ਸੋਮਵਾਰ ਨੂੰ ਮੱਸਿਆ ਦਾ ਇਸ਼ਨਾਨ ਹੋਣ ਦੇ ਕਾਰਨ ਭਾਰੀ ਗਿਣਤੀ ਵਿੱਚ ਸ਼ਰਧਾਲੂ 1 ਦਿਨ ਪਹਿਲਾਂ ਹੀ ਹਰਿਦੁਆਰ ਪਹੁੰਚ ਗਏ ਸਨ। ਕੋਰੋਨਾ ਲਾਗ ਕਾਰਨ ਹਰਿਦੁਆਰ ਵਿੱਚ ਸਾਰੇ ਸ਼ਰਧਾਲੂਆਂ ਦੇ ਜਾਂਚ ਮੁਹਿੰਮ ਚਲਾਈ ਗਈ। ਜਿਨ੍ਹਾਂ ਯਾਤਰੀਆਂ ਦੇ ਕੋਲ RT-PCR ਨੈਗੇਟਿਵ ਰਿਪੋਰਟ ਨਹੀਂ ਸੀ ਅਤੇ ਜਿਨ੍ਹਾਂ ਲੋਕਾਂ ਨੇ ਪੈਟਰੋਲ ਉੱਤੇ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਸੀ ਉਸ ਨੂੰ ਸਰਹੱਦ ਤੋਂ ਵਾਪਸ ਭੇਜ ਦਿੱਤਾ ਗਿਆ। ਇਸ ਵਿੱਚ ਅਖਾੜਾ ਦੇ ਕਈ ਮੁੱਖ ਸੰਤ ਕੋਰੋਨਾ ਪਾਜ਼ੀਟਿਵ ਹੋਣ ਦੇ ਕਾਰਨ ਅੱਜ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਅਖਾੜਾ ਪ੍ਰਿਸ਼ਦ ਦੇ ਪ੍ਰਧਾਨ ਮਹਿੰਦਰ ਨਰਿੰਦਰ ਗਿਰੀ ਸਮੇਤ ਨਿਰਣੇ ਅਖਾੜਾ ਦੇ ਕਈ ਸੰਤ ਕੋਰੋਨਾ ਪਾਜ਼ੀਟਿਵ ਪਾਏ ਗਏ ਨੇ। ਪੁਲਿਸ ਡਾਇਰੈਕਟਰ ਜਨਰਲ ਸੰਜੇ ਗੁੰਜਿਆਲ ਨੇ ਦੱਸਿਆ ਕਿ ਪੂਰੇ ਮੇਲੇ ਵਿੱਚ ਖੇਤਰ ਵਿੱਚ ਭਾਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਸੋ ਹੁਣ ਅੱਜ ਦੀਆਂ ਖ਼ਬਰਾਂ ਸਮਾਪਤ ਕਰਦੇ ਹਾਂ। ਧੰਨਵਾਦ।